ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸ ਇਹ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ 4 ਪਿੰਡਾਂ ਦਾ ਹੈ ਜਿੱਥੇ 4 ਪਿੰਡਾਂ ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਸੋਚਣ ਵਾਲੀ ਗੱਲ ਹੈ ਕਿ ਪਾਣੀ ਤੋਂ ਬਿਨਾਂ ਲੋਕਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਇਹਨਾਂ 4 ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਹੈ 4 ਪਿੰਡਾਂ ਦੇ ਕਰੀਬ 3000 ਲੋਕ ਇੱਕ ਹੀ ਬੋਰਵੈਲ ਉੱਤੇ ਨਿਰਭਰ ਨੇ ਪਿੰਡ ਵਾਸੀਆਂ ਨੇ ਧਰਨੇ ਦੌਰਾਨ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਪਾਣੀ ਨਾ ਆਇਆ ਤਾਂ ਉਹ ਨੈਸ਼ਨਲ ਹਾਈਵੇ ਨੂੰ ਜਾਮ ਕਰ ਦੇਣਗੇ ਪੰਜਾਬ ਸਰਕਾਰ ਦੇ ਖਿਲਾਫ ਵਾਟਰ ਸਪਲਾਈ ਦੇ ਖਿਲਾਫ ਅਤੇ ਬਿਜਲੀ ਵਾਲਿਆਂ ਦੇ ਖਿਲਾਫ ਕਾਰਨ ਇਹ ਹੈ ਕਿ ਮੇਰੀ ਮਾਤਾ ਜੀ ਇਸ ਪਿੰਡ ਦੇ ਤਰੇਟੀ ਝਿਗਲੀ ਦੇ ਸਰਪੰਚ ਨੇ ਨਾਲ ਸਾਨੂੰ ਪਿੰਡ ਲੱਗਦਾ ਬਘਾਰ ਜੀ ਉਹਨਾਂ ਦੇ ਸਰਪੰਚ ਸਾਹਿਬਾਨ ਨਾਲ ਨੇ ਨਾਲ ਪਿੰਡ ਲੱਗਦਾ ਸਾਡੇ ਹਰਿਆਲ ਜੀ ਉਹਨਾਂ ਦੇ ਮੈਂਬਰ ਸਰਪੰਚ ਨਾਲ ਨੇ ਇਹ ਤਿੰਨਾਂ ਪਿੰਡਾਂ ਨੂੰ ਇਸ ਬੋਰ ਦੀ ਸਪਲਾਈ ਜਾਂਦੀ ਹੈ ਸਾਡੇ ਇੱਥੇ ਬੋਰ ਹੋਇਆ ਵਾਟਰ ਐਂਡ ਸਰਚ ਡਿਪਾਰਟਮੈਂਟ ਆਫ ਇੰਡੀਆ ਦਾ ਅਤੇ ਇਹ ਕਿਸੇ ਨੇ ਵੀ ਇਹਦੀ ਜ਼ਿੰਮੇਵਾਰੀ ਨਹੀਂ ਲਈ ਇਹ ਅਸੀਂ ਆਪ ਹੀ ਇਹਨੂੰ ਮੈਨੇਜ ਕਰ ਰਹੇ ਹਾਂ 7-8 ਸਾਲਾਂ ਤੋਂ ਅਤੇ ਇਲੈਕਸ਼ਨ ਲੁਕਸ਼ਨ ਦੇ ਦੌਰਾਨ ਇੱਥੇ ਮੰਤਰੀਆਂ ਕੋਲ ਡਾਇਰੈਕਟ ਕੁੰਡੀਆਂ ਕੰਡੀਆਂ ਪਵਾ ਲੈਂਦੇ ਆ ਵਾਟਰ ਸਪਲਾਈ ਵਾਲੇ ਅਤੇ ਇਹ ਸਾਨੂੰ ਇਸ ਆਸ਼ਵਾਸਨ 'ਤੇ ਮਤਲਬ ਲਾਰੇ ਲੱਪੇ ਲਾ ਕੇ ਅੱਜ ਵਾਟਰ ਸਪਲਾਈ ਬਣਾ ਦਿੰਦੇ ਹਾਂ ਅੱਜ ਵਾਟਰ ਸਪਲਾਈ ਬਣਾ ਦਿੰਦੇ ਹਾਂ ਇਹ ਸਾਨੂੰ ਸੁਣਦੇ ਅੱਜ 12 ਸਾਲ ਹੋ ਗਏ ਅੱਜ ਜੇ ਸਾਨੂੰ ਸ਼ਾਮ ਤੱਕ ਪਾਣੀ ਮਿਲਦਾ ਠੀਕ ਹੈ ਜੇ ਅਫਸਰਾਂ ਨੂੰ ਸਾਡੀ ਸੁਣਦੇ ਨੇ ਸ਼ਾਂਤੀਪੂਰਵਕ ਠੀਕ ਹੈ ਇਹ ਸ਼ਾਂਤੀਪੂਰਵਕ ਅਸੀਂ ਦੇ ਤਾ ਧਰਨਾ ਇਸ ਤੋਂ ਬਾਅਦ ਸਾਡਾ ਧਰਨਾ ਤੇਜ਼ ਹੋਏਗਾ ਇਹ ਨੈਸ਼ਨਲ ਹਾਈਵੇ ਪਾਲਮਪੁਰ ਵਾਲਾ ਜਿਹੜਾ ਪਠਾਨਕੋਟ ਨੂੰ ਅਟੈਚ ਹੁੰਦਾ ਪਲੱਸ ਡਲਹੌਜ਼ੀ ਰੋਡ ਵਾਲਾ ਅਸੀਂ ਪੂਰਾ ਜਾਮ ਕਰਾਂਗੇ 3 ਪਿੰਡ 5-7 ਹਜ਼ਾਰ ਬੰਦਾ ਸਾਡੇ ਨਾਲ ਹੈ ਅਤੇ ਸਰਕਾਰਾਂ ਨੂੰ ਮੈਂ ਖੁੱਲ੍ਹੇ ਤੌਰ 'ਤੇ ਚੇਤਾਵਨੀ ਦੇ ਦੇਣਾ ਚਾਹੁੰਦਾ ਕਿ ਸਾਡਾ ਹੱਲ ਜਲਦ ਤੋਂ ਜਲਦ ਕੀਤਾ ਜਾਏ ਹੁਣ ਇਹ ਬਿਨਾਂ ਮਰ ਹੋ ਕੇ ਤੁਹਾਡੇ ਬੇਨਤੀ ਕਰ ਰਹੇ ਹਾਂ ਇਸ ਤੋਂ ਬਾਅਦ ਇਹ ਸਾਡਾ ਜਿੰਨਾ ਵੀ ਹੰਗਾਮਾ ਉਗਰ ਹੋਏਗਾ ਪਾਣੀ ਦੀ ਇੰਨੀ ਦਿੱਕਤ ਹੈ ਦੇਖੋ ਸਾਡੇ ਇਸ ਲਈ ਸੋਚਿਆ ਜਾਵੇ ਸਾਡੇ ਗੋਡੇ ਨਹੀਂ ਤੁਰਦੇ ਅਸੀਂ ਸਾਡਿਆਂ ਘਰਾਂ 'ਚ ਪਾਣੀ ਨਹੀਂ ਘੁੱਟ ਵੀ ਸਾਡੇ ਬੱਚੇ ਵੀ ਪਾਣੀ ਬਿਨੋ ਅਸੀਂ ਰੋਟੀ ਪਾਣੀ ਬਣਾਉਣ ਤੋਂ ਵੀ ਔਖੇ ਹਾਂ ਇਹ ਤਾਂ ਦੱਸੋ ਅਸੀਂ ਕੀ ਕਰਨੀ ਹੈ ਉਹਦੀ ਸਰਕਾਰ ਸਾਨੂੰ ਉਹਦੀ ਸਰਕਾਰ ਬਣਾਉਣ ਦੀ ਕੋਈ ਲੋੜ ਨਹੀਂ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।